ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਵੀ ਸਾਰੇ ਜਣੇ ਤੁਸੀਂ ਘੈਂਟ ਹੋਗੇ ਤੇ ਮੈਂ ਤੁਹਾਡਾ ਆਪਣਾ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਧਾਲੀਵਾਲ ਗੇਮਿੰਗ। ਤੇ ਵੀਰੇ, ਆਪਾਂ ਲੈ ਕੇ ਆ ਗਏ ਤੁਹਾਡੇ ਲਈ ਬੜੀ ਘੈਂਟ ਜੀ ਵੀਡੀਓ। ਤੇ ਪਿਛਲੀਆਂ ਵੀਡੀਓ ਜਿਨ੍ਹਾਂ ਨੇ ਨਹੀਂ ਵੇਖੀਆਂ ਉਹ ਤੁਸੀਂ ਜਾ ਕੇ ਜ਼ਰੂਰ ਵੇਖੋ, ਕਿਉਂਕਿ ਇਹ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਸੀ ਬਾਈ ਇੱਕ ਟਰੈਕਟਰ 3630 ਤੇ ਜਿਹਦਾ ਲਾਇਆ ਸੀ ਡਾਇਨਾਸੌਰ ਵਾਲਾ ਡੈੱਕ, ਤੇ ਉਹਦਾ ਲਿੰਕ ਦੱਸਿਆ ਫ੍ਰੀ। ਤੇ ਹੁਣ ਚੱਲਦੇ ਆਪਾਂ ਗੇਮ ਦੇ ਵਿੱਚ, ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾਉਂਦੇ ਹਾਂ, ਬਟ ਉਹਦਾ ਲਿੰਕ ਨਹੀਂ ਹਜੇ ਦੇਵਾਂਗੇ ਕਿਉਂਕਿ ਇਹ ਸਾਥੋਂ ਬਣਵਾਇਆ ਸੀ ਗੁਨਸ਼ਾਨ ਨੇ। ਅਤੇ ਟਰੈਕ ਆਪਾਂ ਟਾਈਮ ਨਾਲ ਵੇਸਟ ਕਰਦੇ ਹੋਈਏ ਚੱਲਦੇ ਹਾਂ ਉੱਥੇ। ਅਤੇ ਅੱਜ ਕੰਮ ਬਹੁਤ ਕਰਨ ਵਾਲੇ ਪਏ, ਕਣਕ ਕੁਣਕ ਬੀਜਣੀ ਆ ਆਪਾਂ ਅਤੇ ਹੋਰ ਵੀ ਕਈ ਚੀਜ਼ਾਂ ਨੇ। ਠੀਕ ਹੈ ਲੋ ਜੀ ਮੁੰਡੇ, ਆ ਗਏ ਗੇਮ ਦੇ ਵਿੱਚ ਆਪਾਂ। ਕੀਬੋਰਡ ਮਾੜਾ ਜਿਹਾ ਕਰ ਲਈਏ ਨੇੜੇ। ਅਤੇ ਆਹ ਦੇਖੋ ਭਾਈ, ਆਹ ਆਪਣਾ ਸਮਾਨ ਪਿਆ ਇੱਥੇ, ਸੁਹਾਗਾ, ਸੁਪਰ ਸੀਡਰ, ਅਤੇ ਕੀ ਕਹਿੰਦੇ ਹੁੰਦੇ ਨੇ, ਰੋਟਾਵੇਟਰ। ਠੀਕ ਹੈ, ਅਤੇ ਆਹ ਆਪਣੇ ਸਾਰੇ ਟਰੈਕਟਰ ਖੜ੍ਹੇ ਬਾਈ ਜਿੰਨੇ ਵੀ ਆਪਾਂ ਨੂੰ ਚਾਹੀਦੇ ਆ। ਠੀਕ ਹੈ, ਅਤੇ ਇੱਕ ਟਰੈਕਟਰ ਆਪਾਂ ਲੈ ਕੇ ਆਉਣਾ ਜਾ ਕੇ ਆਪਣਾ ਕੀ ਕਹਿੰਦੇ ਹੁੰਦੇ ਨੇ ਮੰਡੀ 'ਚੋਂ, ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ। ਠੀਕ ਹੈ ਬਾਈ, ਮੰਡੀ ਦੇ ਵਿੱਚ, ਅਤੇ ਪਹਿਲਾਂ ਆਪਾਂ ਕੰਮ ਲਾ ਜਾਈਏ ਟਰੈਕਟਰ ਨੂੰ ਆਪਣੇ ਨੂੰ, ਜਿਵੇਂ ਆਹ ਖੜ੍ਹਾ ਨੇ ਉਹਨੂੰ ਅੱਜ ਲਾਉਂਦੇ ਆਪਾਂ, ਬੜੇ ਦਿਨ ਹੋ ਗਏ ਇਹਨੂੰ। ਠੀਕ ਹੈ, ਅਤੇ ਇਹਨੂੰ ਅੱਜ ਲਾਉਂਦੇ ਹਾਂ ਸੁਪਰ ਸੀਡਰ ਜਾਂ ਰੋਟਾਵੇਟਰ 'ਤੇ ਲਾਉਂਦੇ ਹਾਂ ਮੇਰੇ ਵੀਰੇ ਨੂੰ। ਠੀਕ ਹੈ, ਬਹੁਤ ਹੋ ਗਿਆ ਕਹਿੰਦੇ ਬਈ ਤੇਰਾ। ਅਤੇ ਜਿੰਨਾ ਜਿਨ੍ਹਾਂ ਨੇ ਬਾਈ ਡਾਊਨਲੋਡ ਕਰ ਲਿਆ ਤਾਂ ਫਿਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀ ਲੱਗਿਆ ਕਿੱਦਾਂ ਦਾ, ਕਿਉਂਕਿ ਇਹ ਤਾਂ ਅਜੇ ਸ਼ੁਰੂਆਤਾਂ ਨੇ, ਹੋਰ ਵੀ ਬਹੁਤ ਕੁਛ ਆਉਣਾ ਅਜੇ ਤਾਂ। ਅਤੇ ਪਹਿਲਾਂ ਆਪਾਂ ਸੁਪਰ ਸੀਡਰ ਪਾ, ਇਹਦੇ ਮਗਰ ਪਾਈਏ ਸੁਪਰ ਸੀਡਰ, ਸੁਪਰ ਸੀਡਰ ਹੀ ਪਾਉਣੇ ਇਹਦੇ ਮਗਰ ਨਾ, ਇਹਦੇ ਮਗਰ ਹੀ ਪਾਉਣੇ ਸੁਪਰ ਸੀਡਰ ਆਪਾਂ। ਇੱਕ ਬਾਈ ਕਹਿੰਦਾ ਕਹਿੰਦਾ ਬਈ ਟਾਇਰ ਬਾਹਲੇ ਬਾਹਰ ਨੂੰ ਕੱਢੇ ਪਾਈ ਯਾਰ, ਜਾਣ ਬੁੱਝ ਕੇ ਕੱਢੇ ਸੀ ਟਾਇਰ। ਠੀਕ ਹੈ, ਐਵੇਂ ਦਿਲ ਜਾ ਕੀਤਾ ਵੀ ਇੱਦਾਂ ਕਰੀਏ ਤਾਂ ਕਰਕੇ ਲਾ ਵੀ ਕਰੋਸ ਆਪਾਂ ਲਾ ਦਈਏ, ਕਰੋਸ ਕਿਉਂ ਨਹੀਂ ਪੈਂਦਾ ਪਿਆ, ਹੋ ਗਈ ਇਹਦੀ ਵਾਲੀ ਕਰੋਸ ਕਰੋਸ ਇੱਥੋਂ ਮੈਂ ਕਹਿੰਦਾ ਗਾਹਾਂ ਲੈਂਦਾ ਇੱਥੇ ਦੇਖ ਲਈ ਕਰੋਸ ਪਾਈਏ ਤਾਂ ਕਰੋਸ ਕਿਉਂ ਨਹੀਂ ਪੈਂਦਾ ਪਿਆ, ਲੋ ਕਰੋਸ ਵੀ ਪੈ ਗਿਆ। ਅਤੇ ਮੈਂ ਲਾਈਟਾਂ ਲੁੱਟਾਂ ਦੀਆਂ ਮੈਨੂੰ ਉਹ ਫੜ ਦਿੰਦੇ ਲਿਫਟ, ਕਹਿੰਦੇ ਨੇ ਲਿਫਟ ਆਪਾਂ ਚੱਕੀ ਨਹੀਂ ਅਸੀਂ ਤੋਰੀ ਫਿਰੇਗਾ। ਅਤੇ ਵੀ ਪਿਆ ਸੀ ਆਪਣਾ ਉਹ ਨਾ ਵੀਰ ਨਾ ਅੰਦਰ ਖਾਲੀ ਉਹ ਜੀ ਉਹ ਕਰੀ ਜਾਂਦਾ ਭਰ ਲਈਏ ਕਹਿੰਦੇ ਵੀ ਹੈ। ਅਤੇ ਮੁੜੇ ਇਹਦੇ ਵਿੱਚ ਆਪਾਂ ਉਹ ਜਿਹੜਾ ਪਰਲਾ ਖੇਤ ਨਾ ਸਿੱਧਾ ਹੀ ਬੀਜਾਂਗੇ ਆਪਾਂ, ਵੀ ਰੇਹ ਸਪਰੇ ਕਰਕੇ ਨਾ ਮੈਂ ਹਾਂ ਚੱਲ ਰੱਖ ਲਈਏ ਥੋੜ੍ਹਾ ਜਿਹਾ ਆਪਾਂ। ਠੀਕ ਹੈ, ਵਿੱਚ ਹੀ ਉਹ ਕਰਦੇ ਸਾਨੂੰ ਬਹੁਣ, ਅਤੇ ਆਹ ਤਾਂ ਥੋੜ੍ਹਾ ਜਿਹਾ ਇੱਥੇ ਉੱਧਰ ਰੱਖਿਆ ਪਿਆ ਸੀ, ਮੁੜ ਕੇ ਮੈਂ ਚੱਲ ਜਾਂਦੇ ਫਿਰ ਗੇੜਾ ਕੱਢ ਦਿਆਂਗੇ, ਮੁੜ ਕੇ ਟੋਚਣਾ ਦਾ ਕੰਮ ਹੋ ਗਿਆ। ਚੱਲ ਕੋਈ ਨਾ ਯਾਰ, ਆਹ ਤਾਂ ਧੱਕਾ ਨਾ ਤੁਹਾਡਾ, ਚਲੋ ਜੀ ਅਤੇ ਇੱਥੇ ਤਾਂ ਮਾਰਦੇ ਸੁਹਾਗਾ ਆਪਾਂ ਟਰੈਕਟਰ ਨਾਲ, ਅਤੇ ਇੱਕ ਰੋਟਾਵੇਟਰ ਵਾਲੇ ਨੂੰ ਵੀ ਕਹਿ ਕੇ ਜਾਣਾ ਵੀ ਉਹ ਥੋੜ੍ਹਾ ਬਾਹਣ ਵਧੀਆ ਜਿਹਾ ਹੋ ਜਾਂਦਾ, ਅਤੇ ਨਾਲ ਇਹਦੇ ਬੀਜੇ ਤਾਂ ਆਪੇ ਜਾਣਾ ਬੱਲੇ ਬੱਲੇ ਬਾਈ। ਤੁਸੀਂ ਜ਼ੋਰ ਦੇਖੋ ਯਾਰ ਟਰੈਕਟਰ ਦਾ, ਭੈਣ ਇੱਥੇ ਲਾਈਏ ਰੁਕੇ ਆਹ ਸਾਰਾ ਹੀ ਆਪਣਾ ਬਾਈ, ਅਤੇ ਇਹਨੂੰ ਹੌਲੀ ਹੌਲੀ ਆਹ ਵਿੱਚ ਹੀ ਵਾਹ ਦੇਣਾ ਸਾਰਾ। ਠੀਕ ਹੈ, ਕਹਿੰਦੇ ਰੋਟਾਵੇਟਰ ਮਾਰ ਦੇਣਾ ਲੋ ਵੀ ਮਿੱਤਰੋ, ਚਲਾ ਦਈਏ ਮਾੜਾ ਜਿਹਾ।
ਲੈ ਕੇ ਵਾਹਿਗੁਰੂ ਦਾ ਨਾਮ ਕਹਿੰਦੇ ਬੱਲੇ ਬੱਲੇ ਬੱਲੇ। ਇੱਕ ਮਿੰਟ, ਇੱਕ ਛੋਟੀ ਜਿਹੀ ਸੈਟਿੰਗ ਕਰ ਦਈਏ ਕਿਉਂਕਿ ਇਹ ਤਾਂ ਆਪਦੀ ਮਰਜ਼ੀ ਨਾਲ ਮਾਰੀ ਜਾਂਦੇ। ਚੱਲ ਮੇਰਾ ਭਾਈ, ਕੀ ਚੱਕਰ ਹੋ ਗਿਆ? ਹੋਇਆ ਕੀ ਆ, ਤੁਰਦਾ ਕਿਉਂ ਟਰੈਕਟਰ? ਮੈਂ ਧੱਕਾ ਹੋ ਜੀ ਫਿਰ ਆਪਣਾ ਬਿਲਕੁਲ ਹੀ। ਮੈਨੂੰ ਐਂ ਲੱਗਦਾ ਵੀ ਇਹ ਸੁਪਰ ਸੀਡਰ ਨਾਲ ਨਾ ਪੰਗੇ ਲਏ ਸੀ, ਉਹੀ ਕੰਮ ਹੋ ਗਿਆ। ਚਲੋ ਕੋਈ ਨਾ, ਆਪਾਂ ਕਰਦੇ ਹਾਂ ਟਰਾਈ। ਲੋ ਵੀ ਮੁੰਡਿਓ, ਕਹਿੰਦੇ ਟਰੈਕਟਰ ਆਪਣਾ ਦੇਗਾ ਜਵਾਬ ਸੁਪਰ ਸੀਡਰ ਨਾਲ, ਕਿਉਂਕਿ ਅਸੀਂ ਥੋੜ੍ਹੀ ਗਰਾਰੀਆਂ ਨਾਲ ਪੰਗੇ ਲੈ ਲਏ ਸੀ ਤਾਂ ਕਰਕੇ ਚੱਕਰ ਪੈ ਗਿਆ। ਪਹਿਲਾਂ ਆਪਾਂ ਕੋਈ ਬੰਦ ਕਰੀਏ, ਜਿਹਨੂੰ ਇਨਪੁੱਟ ਕੇ ਜੈਡ ਤੋਂ ਲੈ ਟਰੈਕਟਰ ਹੋਰ ਲੈ ਕੇ ਜੀ। ਮੈਂ ਕਹਿੰਦਾ ਉਹ ਚੱਲੂ ਫਿਰ ਇੱਥੇ, ਫਿਰ ਐਂ ਕਰਦੇ ਇਹਦੇ ਮਗਰ ਰੋਟਾਵੀਟਰ ਪਾ ਦਿੰਦੇ। ਹੋਰ ਜੇ ਕੰਮ ਤਾਂ ਕੁਛ ਨਾ ਕੁਛ ਕਰਨਾ ਪੈਣਾ ਨਾ, ਅਤੇ ਨਹੀਂ ਕਰਾਂਗੇ ਤਾਂ ਫਿਰ ਕੰਮ ਔਖਾ ਹੋ ਜੂ। ਛੱਤੀ ਦੀ ਮੁੰਡਾ ਜਵਾਬ ਦੇ ਗਿਆ, ਅਤੇ ਇਹ ਵੀ ਆਪਾਂ ਨਾ ਛੱਤੇ ਮਿਸਤਰੀ ਕੋਲ ਕਢਾ ਕੇ ਆਉਂਦੇ ਹਾਂ ਤਵੀਆਂ ਆਪਣੀਆਂ। ਉਹ ਸੋਰੀ ਕਿ ਤਵੀਆਂ ਪੈ ਦਿਮਾਗ ਹੀ ਹੋਇਆ ਪੈ ਸੁਪਰ ਸੀਡਰ ਬਾਅਦ 'ਚ ਇਹਨਾਂ ਨੂੰ ਕਹਿਣਾ ਵੀ ਇਹ ਉਹ ਕਰ ਦਿਉ, ਤੁਹਾਨੂੰ ਟਰੈਕਟਰ ਕਿਹੜਾ ਲੈ ਕੇ ਚੱਲੀਏ? ਇਹਦਾ ਰੋਟਾਵੇਟਰ ਤਾਂ ਲਾ ਦਿੰਦੇ ਆਪਾਂ ਨੂੰ, ਖੜ ਜਾਓ। ਰੋਟਾਵੇਟਰ 'ਤੇ ਵੀ ਜੇ ਜਵਾਬ ਦੇਗਾ ਨਾ ਫਿਰ ਔਖਾ ਹੋ ਜੂ ਕੰਮ ਦਾ ਬਿਲਕੁਲ ਹੀ। ਵੀ ਲਾਈਏ ਪੈਪਾਂ ਪੂਪਾਂ ਸਾਰੀਆਂ, ਨੇੜੇ ਜਾਣਾ ਪੈਣਾ। ਹੋਰ ਅਤੇ ਭਾਈ ਇਹ ਬਣਾਇਆ ਸਕਾਫਿਨ, ਜੇ ਤੁਹਾਨੂੰ ਚਾਹੀਦਾ ਹੋਇਆ ਤਾਂ ਤੁਸੀਂ ਉਹ ਤੋਂ ਲੈ ਸਕਦੇ ਹੋ ਬਾਈ ਤੋਂ। ਇਹ ਚੀਜ਼ਾਂ ਤਾਂ ਤੁਹਾਨੂੰ ਪਤਾ ਹੀ ਆ, ਉਹ ਕਹਿਣ ਦੀ ਲੋੜ ਹੀ ਨਹੀਂ, ਕਹਿੰਦੇ ਸਿਰੇ ਬਣਾਉਂਦਾ ਹੈ ਨਾ। ਠੀਕ ਹੈ, ਅਤੇ ਹੁਣ ਆਪਾਂ ਇਹਦੀ ਸਪੀਡ ਦਾ ਸਿਸਟਮ ਜਿਹਾ ਕਰ ਦਈਏ ਥੋੜ੍ਹਾ ਜਿਹਾ। ਕਹਿੰਦੇ ਭੈਣ ਬਾਹਲਾ ਭੱਜਿਆ ਫਿਰ ਰੋਟਾਵੇਟਰ 'ਤੇ, ਕਿਹਾ ਵੀ ਸਫਾਈ ਨਾ ਦੇਵੇ ਨਾ ਟਰੈਕਟਰ। ਅਤੇ ਹੁਣ ਦੇਖਦੇ ਹਾਂ ਟਰੈਕਟਰ ਇਹਦੇ ਲੈ ਕੇ ਆਉਂਦੇ ਆਪਾਂ। ਜੌਂਡੀਅਰ ਸੀ ਆਪਣਾ ਚੇਅਰ ਖੜਾ, ਕਿੱਥੇ ਆ ਹੁਣ? ਜੌਂਡੀਅਰ ਨੂੰ ਦੇਖਦੇ, ਜੌਂਡੀਅਰ ਲਾਉਂਦੇ ਹਾਂ। ਇੰਟਰੋ ਆਈ ਬਾਅਦ ਗਈ ਵਿੱਚ ਹੀ। ਹੁਣ ਜੇ ਇੱਥੇ ਵੀ ਇਹਨੇ ਕਹਿ ਤਾ ਨਾ ਵੀ ਚੱਲ 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 ਮੁੰਡੇ ਚੈੱਕ ਕਰੋ ਕੈਂਟਰ ਦੇ ਘੈਂਟ ਆ ਨਾ ਕੰਮ। ਅਤੇ ਚਲ ਉਤਰਦੇ ਆਪਾਂ ਤੋਂ, ਲੈ ਵੀ ਹੁਣ ਬਾਹਰ ਦੇਖੋ ਅਸੀਂ ਕੰਮ ਹੋਰ ਕਰਿਆ ਜੀ ਜਾ ਕੇ। ਨਾਟ ਗਿਆਰਾਂ ਲਾ ਕੇ ਦੇਖੀਏ ਕਿ ਨਹੀਂ ਯਾਰ, ਨਾਟ ਗਿਆਰਾਂ ਤਾਂ ਨਹੀਂ ਯਾਰ ਖਿੱਚਣਾ। ਫਿਰ ਆਪਾਂ ਇੱਦਾਂ ਕਰਦੇ ਨਾ, ਆਪਾਂ ਜੌਂਡੀ ਯਾਰ ਆਪਣਾ ਤੁਹਾਡਾ ਭੈਣ ਦੇ ਵੀਰੋ ਇਹ ਧੱਕਾ ਕਰਦੇ ਨਾ ਟਰੈਕਟਰ ਨਾਲ। ਧੱਕਾ ਹੋ ਗਿਆ ਸੀ ਬਿਲਕੁਲ ਹੀ, ਸ਼ਰਿਆਮ ਗਿਆ। ਐਡਾ ਵੀ ਟਰੈਕਟਰ ਐਡਵਾਂਸ ਨਾ ਹੋਵੇ ਕਹਿੰਦੇ, ਹਜੇ ਅੱਧਾ ਕਲਾ ਛੱਡਿਆ ਫਿਰ ਵੀ ਦੇਖੋ ਤੁਹਾਡੇ ਸਾਹਮਣੇ ਐਂ ਮਾਰ ਜਾਂਦਾ ਉੱਪਰ ਨੂੰ।
ਤੇ ਲਓ ਹੁਣ ਦੱਸੋ ਵੀ ਫਿਰ ਜਿਹੜੇ ਇਹਨੂੰ ਦੇਖੀ ਜਾਂਦੇ ਹੋਣਗੇ ਉਦੋਂ ਠੀਕ ਹੈ ਵੀ ਇਹ ਗੱਲ ਬਣੂ ਕਿ ਨਹੀਂ ਬਣੂ, ਮੇਰੇ ਹਿਸਾਬ ਨਾਲ ਤਾਂ ਨਹੀਂ ਬਣਨੀ ਯਾਰ, ਬਾਕੀ ਵੇਖਦੇ ਹਾਂ ਕੀ ਬਣਦਾ। ਕਹਿੰਦੇ ਹਾਂ ਲਓ ਜੀ, ਕਹਿੰਦੇ ਮੇਰੇ ਵੀਰੋ ਆ ਗਿਆ, ਕਹਿੰਦੇ ਫਿਰ ਟਰੈਕਟਰ ਝੋਟਾ ਟਰੈਕਟਰ ਆ ਗਿਆ ਝੋਟਾ। ਅਤੇ ਬਈ ਇਹਦਾ ਲਿੰਕ ਤੁਹਾਨੂੰ ਦਿੱਤਾ ਹੋਇਆ ਅਤੇ ਇਹ ਤਾਂ ਥੋੜ੍ਹਾ ਜਿਹਾ ਉਹ ਤੋਂ ਘਸਮੇਲਾ ਜਿਹਾ ਲੱਗਦਾ, ਉਹ ਤਾਂ ਬੜਾ ਸੋਹਣਾ ਟਰੈਕਟਰ ਹੈ, ਬਹੁਤ ਘੈਂਟ ਬਣਾ ਕੇ ਦਿੱਤਾ ਹੋਇਆ ਲਿੰਕ, ਕਿਉਂਕਿ ਮੈਂ ਯਾਰ ਅਪਡੇਟ ਕਰਨਾ ਭੁੱਲ ਗਿਆ ਇੱਧਰਲੇ ਪਾਸੇ ਨੂੰ। ਠੀਕ ਹੈ ਲਓ, ਚੱਲੂ ਕਿ ਨਹੀਂ ਕੀ ਕਹਿੰਦੇ ਹੋ? ਨਹੀਂ ਨਹੀਂ ਚੱਲਦਾ ਉਹ, ਚੱਲੂ 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 ਇਹ ਤਾਂ ਭੱਜੂ ਮੇਰੇ ਹਿਸਾਬ ਨਾਲ। ਇਹ ਪਤੰਦਰਦਾਰ ਲੱਗ ਗਿਆ ਇਹਦੀ ਥੱਲੇ, ਉਹ ਨਹੀਂ ਲੱਗਦੀ ਆਏ ਹੈ ਕੀ ਕਰੀਏ ਦੱਸ। ਇਹ ਹੁਣ ਥੱਲੇ ਸੁਪਰ ਸੀਡਰ ਨਹੀਂ ਲਾਉਂਦਾ, ਸਾਡਾ ਤਾਂ ਫਿਰ ਕੰਮ ਕੀਤਾ ਕਰਾਇਆ ਤਾਂ ਖੇ ਹੋਈ ਜਾਂਦੀ ਨਾ ਪੂਰੀ, ਟਰੈਕਟਰ ਹੀ ਆਪਾਂ ਨੂੰ ਪਾ ਕੇ ਲਿਆਉਣਾ ਪੈਣਾ ਯਾਰ, ਜੌਂਡੀਅਰ ਲੱਭ ਕੇ ਜਿਹੜਾ ਲਿੰਕ ਦਿੱਤਾ ਹੋਇਆ ਨਾ। ਅਤੇ ਚਲੋ ਉਹ ਤਾਂ ਕੋਈ ਚੱਕਰ ਨਹੀਂ, ਉਹ ਅਗਲੀ ਵੀਡੀਓ 'ਚ ਲੈ ਕੇ ਆਵਾਂਗੇ, ਕਿਉਂਕਿ ਹੁਣ ਆਪਾਂ ਨਾ ਉਹ ਕਰੀਏ ਇਹਨੂੰ। ਸਿੱਟ ਕੇ ਥੱਲੇ ਲਓ ਮੁੰਡੇ, ਇਹ ਕੰਮ ਵੀ ਆਪਣਾ ਫੇਲ ਹੋ ਗਿਆ ਕਹਿੰਦੇ, ਅਤੇ ਤੂੰ ਉਹ ਕੀ ਕਰੀ ਜਾਂਦਾ ਫਿਰ ਦੇਖ ਤਾਂ ਲਈ ਉਹਨੂੰ ਦੂਜੇ ਨੂੰ, ਇਹ ਉਹ ਤਾਂ ਫਿਰਦਾ ਕੰਮ ਕਰਦਾ। ਹੁਣ ਕਹਿੰਦੇ ਵੀ ਜੌਂਟੀ ਆਰ ਵੀ ਸਾਨੂੰ ਦੇ ਗਿਆ ਧੋਖਾ, ਅਤੇ ਹੁਣ ਇਹਨੂੰ ਨਾ ਲੈ ਕੇ ਚਲੀਏ ਉਹ। ਚਲੋ ਵੀ ਸਕਾਫ ਇਹਦੇ ਟਰੈਕਟਰ ਹੈ, ਉਸੇ ਦੀ ਸੁਪਰ ਸੀਡਰ ਹੈ, ਇਹਨੂੰ ਲੈ ਕੇ ਹੁਣ ਪਤਾ ਲੱਗਿਆ ਮੇਰੇ ਹਿਸਾਬ ਨਾਲ ਇਹ ਲੈ ਜਾਣਾ, ਕਿਉਂਕਿ ਇਹ ਟਰੈਕਟਰ ਦੇ ਨਾ ਨਵਾਂ ਲਿਆਂਦਾ ਸਵਰਾਜ ਵਾਲਾ ਦਾ, ਜੇ ਇਹ ਵੀ ਲੈ ਗਿਆ ਫਿਰ ਔਖਾ ਹੋ। ਸਹੀ ਮੁੜਦਾ ਉੱਧਰ ਜਾ ਕੇ ਤਾਂ ਇਹ ਵੀ, ਜੇ ਅੱਜ ਆਪਣਾ ਸੁਪਰ ਸੀਟ 'ਤੇ ਨਾ ਟਰੈਕਟਰ ਚੱਲਿਆ ਨਾ ਆਪਣਾ ਵੇਚਦੀ ਕਰਦੇ। ਬੱਲੇ 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 ਬਾਈ, ਸਿਰਾ ਹੋ ਗਿਆ ਕੰਮ, ਆਹ ਗੱਲ ਬਣ ਗਈ ਪੂਰੀ। ਚੈੱਕ ਕਰੋ ਬਾਈ ਨਵਾਂ ਸਵਰਾਜ ਕਹਿੰਦੇ ਪੂਰੀ ਅੱਤ ਕਰਾ ਰਿਹਾ,
ਤੇ ਆਪਾਂ ਜਿਹੜੇ ਕੰਮ ਕਰਨੇ ਸੀ ਉਹ ਤਾਂ ਕਰੀਏ, ਆਪਾਂ ਤਾਂ ਹੋਰ ਤਾਂ ਕਰ ਸਕਦੇ। ਚਲੋ ਆਪਣਾ ਆਪਾਂ ਜਿੱਥੋਂ ਆਏ ਸੀ ਇਹਨੂੰ ਲੈ ਕੇ ਚੱਲਦੇ ਹਾਂ। ਚਲੋ ਇੱਕ ਵਾਰੀ ਕਹਿੰਦੇ ਵੀ ਝੂਟਾ ਮੇਰਾ ਵੀਰ। ਓਹੋ ਹੋ ਹੋ ਅਤੇ ਬਾਈ ਇਹ ਦਾ ਨਾ ਜਿਹੜਾ ਅਪਡੇਟ ਵਰਜ਼ਨ ਨਾ ਉਹ ਹੁਣ ਪਾ ਕੇ ਲਿਆਵਾਂਗੇ ਆਪਾਂ ਜਦੋਂ ਹੁਣ ਖੇਡਾਂਗੇ ਨਾ। ਇਹ ਯਾਰ ਮੈਂ ਭੁੱਲ ਭੱਲ ਜਾਂਦਾ ਵੀ ਕਿਹੜਾ ਕਿੱਥੇ ਕੀਤਾ ਕੀ ਪਿਆ, ਅਤੇ ਦਿਮਾਗ 'ਚੋਂ ਨਿਕਲ ਜਾਂਦਾ। ਇਹਨੂੰ ਕਰਕੇ ਲਿਆਵਾਂਗੇ ਆਪਾਂ। ਡਾਊਨਲੋਡ ਜਿਹੜਾ ਤੁਹਾਨੂੰ ਲਿੰਕ ਦਿੱਤਾ ਹੋਇਆ ਉਹ ਪੂਰਾ ਘੈਂਟ ਬਣਾ ਬਣੂ ਕੇ ਦਿੱਤਾ ਹੋਇਆ ਲਿੰਕ, ਕਿਉਂਕਿ ਉਹਦੇ ਚੀਜ਼ਾਂ ਬਹੁਤ ਮੈਂ ਕਰਕੇ ਦਿੱਤੀਆਂ। ਤਾਂ ਹੁਣ ਇਹਨੂੰ ਉੱਥੇ ਖੜਾ ਕੇ ਅਤੇ ਇੱਕ ਟਰੈਕਟਰ ਜਿਹੜਾ ਆਪਾਂ ਗੁਣਸ਼ਾਨ ਨੂੰ ਦੇਣਾ ਬਾਈ, ਉਹ ਬਾਈ ਦਾ ਟਰੈਕਟਰ ਆਪਾਂ ਕੀਤਾ ਮੋਡੀਫਾਈ। ਮੋਡੀਫਾਈ ਕਰਕੇ ਕਹਿੰਦੇ ਵੀ ਉਹ ਅੱਤੀ ਕਰਾਤਾ, ਠੀਕ ਹੈ। ਹੁਣ ਉਹਦੇ ਟਾਇਰ ਟੂਰ ਚੇਂਜ ਕਰਨੇ ਸੀ ਅਤੇ ਮੈਂ ਕਿਹਾ ਟਾਇਰ ਹਜੇ ਆਏ ਨਹੀਂ, ਤੂੰ ਇੱਦਾਂ ਕਰ ਇੱਦਾਂ ਹੀ ਰੱਖ ਲਾ। ਉਹ ਕਹਿੰਦਾ ਕੋਈ ਚੱਕਰ ਹੀ ਨਹੀਂ ਮੇਰੇ ਭਰਾ, ਤੂੰ ਤੇਰਾ ਸਾਨੂੰ ਇੱਦਾਂ ਦੇ ਦੇ। ਮੈਂ ਕਿਹਾ ਥੋੜ੍ਹਾ ਟਾਈਮ ਤੁਸੀਂ ਚਲਾਓ ਅਤੇ ਬਾਅਦ ਦੇ ਵਿੱਚ ਤਾਂ ਅਸੀਂ ਬਦਲ ਹੀ ਦੇਣੇ ਆ। ਅਤੇ ਲੋ ਵੀ ਮੁੰਡੇ ਉਹੀ ਹੋ ਆਹ ਖੜਾ ਵੀ ਚੋਬਰੋ, ਇੰਜਨ ਦਿਖਾ ਲਿਆ ਤੁਹਾਨੂੰ ਇਹਦੇ, ਲੱਗੇ ਪਏ ਨਾ ਮੁੰਡੇ ਕੰਮ ਕਰਨ। ਚੱਕੋ V8 ਲਾਤਾ ਅਤੇ ਜਦੋਂ ਸਟਾਰਟ ਹੁੰਦਾ ਨਾ ਫਿਰ ਕਹਿੰਦੇ ਨਾ ਵੀ ਚਿੰਗਿਆੜੇ ਹੀ ਕੱਢਦਾ ਉਹ ਤਾਂ। ਓਹੋ ਹੋ ਚੈੱਕ ਕਰੋ ਚੱਕਰ ਇੰਨੇ ਕੱਢ ਰਹੇ ਪਾਲ ਗਏ ਨੇ। ਮੈਨੂੰ ਲੱਗਦਾ ਵੀ ਹਨੇਰੀ ਲਿਆ ਚੈੱਕ ਲਈਏ ਫਿਰ ਰੇਸ ਗੇਅਰ ਲਾ ਪਈ ਤਵੀਆਂ ਪਾ ਕੇ ਦੇਖਦੇ ਬਾਈ ਤਵੀਆਂ ਦਾ ਕੀ ਕਹਿੰਦਾ ਮੇਰੇ। ਹੁਣ ਬਾਕੀ ਗੁਣਸ਼ਾਨ ਚਲਾਓਗੇ ਉਹ ਦੱਸੋ ਵੀ ਕਿਸ ਭਾਅ ਵਿਕਦੀ ਹੈ। ਤੁਸੀਂ ਦੇਖੋ ਪਤਾ ਹੀ ਨਹੀਂ ਲੱਗਦਾ ਮੈਂ ਪਤਾ ਹੀ ਨਹੀਂ ਲੱਗਦਾ ਮੇਰੇ ਕਹਿੰਦੇ ਜੰਗ
ਦਾ ਕਿਹੜੇ ਪਾਸੇ ਕਹਿੰਦੇ ਪਾਈਏ ਫਿਰ ਤਵੀਆਂ ਹੈ ਸਿੱਟ ਗਈਆਂ ਤਵੀਆਂ ਦੀ ਸਪੀਡ ਹੈ ਜਿਹੜੀ ਉਹ ਮਤਲਬ ਇਹਦੇ ਵਿੱਚ ਪ੍ਰੋਪਰ ਨਹੀਂ ਹੈਗੀ ਅਤੇ ਜੇ ਮਰਜ਼ੀ ਹਨੇਰੀ ਬਣਾਈ ਪਰਦੇ ਪਾੜਦੇ ਆ ਚੈੱਕ ਕਰੋ ਨਿਊਟਰਲ ਕਢਾਈਏ ਨਾ ਚੈੱਕ ਕਰੋ ਠੀਕ ਹੈ ਬਹੁਤ ਕਹਿੰਦੇ ਵੀ ਅੱਤ ਲੱਗ ਗਿਆ ਰੰਗ ਰੁੰਗ ਕਰਾਵਾਂਗੇ ਹੁਣ ਹੋਰ ਵੀ ਕਈ ਕੰਮ ਇਹਦੇ ਕਰਾਂਗੇ ਅਤੇ ਫਿਰ ਤਾਂ ਲਿੰਕ ਦੇਵਾਂਗੇ ਤੁਹਾਨੂੰ ਅਤੇ ਅੱਜ ਤਾਂ ਵਿਜੀ ਜਾਂਦੇ ਆ ਦੂਜੇ ਦੇ ਕਈ ਕੀ ਕਰੀ ਜਾਂਦਾ ਹੋਏ 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 ਬਈ ਆ ਤਾਂ ਸਿਰੇ ਹੀ ਕਰਾਈ ਜਾਂਦਾ ਕਿਆ ਬਾਤ ਆ ਪੂਰਾ ਜਮਾ ਚੱਕੀ ਜਾਂਦਾ ਕੰਮ ਤਾਂ ਚਲੋ ਮੁੰਡਿਓ ਆਹ ਟਰੈਕਟਰ ਸੀ ਤੁਹਾਨੂੰ ਦਿਖਾਤਾ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਤੇ ਜੌਂਡੀ ਆਰ ਨੂੰ ਵੀ ਆਪਾਂ ਲੈ ਕੇ ਆਉਂਦੇ ਹਾਂ ਜਿਹੜਾ ਤੁਹਾਨੂੰ ਲਿੰਕ ਦਿੱਤਾ ਹੋਇਆ ਉਹ ਦਿਖਾਉਂਦੇ ਹਾਂ ਅਤੇ ਇੱਕ ਟਰੈਕਟਰ ਹੋਰ ਆਪਣੇ ਕੋਲ ਅਤੇ ਜਿਹਦਾ ਥੋੜ੍ਹਾ ਮੋਟਾ ਕੰਮ ਕੀਤਾ ਬਾਈ ਨੇ ਅਤੇ ਉਹ ਵੀ ਆਪਾਂ ਵਰਕਸ਼ਾਪ ਤੋਂ ਲੈ ਕੇ ਆਉਣਾ ਅਤੇ ਦੇਖਦੇ ਹਾਂ ਕੀ ਬਣਦਾ ਠੀਕ ਹੈ ਨਾ ਅਤੇ ਉਹ ਚੱਲੂ ਚੁੱਲੂ ਕਿ ਨਹੀਂ ਉਹ ਤਾਂ ਹਜੇ ਟਾਈਮ ਦੱਸੂਗਾ ਕਿਉਂਕਿ ਉਹ ਕਹਿੰਦੇ ਸੀ ਕਹਿੰਦੇ ਟਰੈਕਟਰ ਤਾਂ ਬਣਾ ਤਾ ਕੋਕਾ ਬਟ ਹੁਣ ਪਤਾ ਲੱਗੂ ਇਹ ਮੌਕਾ ਹੀ ਦੱਸਦਾ ਹੁੰਦਾ ਠੀਕ ਹੈ ਬਾਏ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਹਰ ਇੱਕ ਵੀਡੀਓ ਦੇਖਿਆ ਕਰੋ ਕਿਉਂਕਿ ਸਾਡਾ ਇਹ ਨਹੀਂ ਪਤਾ ਵੀ ਲਿੰਕ ਕਿਹੜੀ ਵੀਡੀਓ ਦੇ ਵਿੱਚ ਆ ਗਈ ਅਤੇ ਬੈਲ ਦੇ ਆਇਕਨ ਨੂੰ ਦਬਾ ਕੇ ਰੱਖਿਆ ਕਰੋ ਬਾਏ।